ਇੱਧਰ ਬੀਬੀ ਮਧਾਣੀ ਲਾ ਰਹੇ ਨੇ ਅਤੇ ਜਿਹਦੇ ਵਿੱਚ ਬੀਬੀ ਨੇ ਦੇਖੋ ਇੰਨੀ ਕਰੀਮ ਸੀ ਨਾ, ਮਤਲਬ ਡੋਲੂ ਭਰਿਆ ਹੋਇਆ ਸੀਗਾ, ਵਿੱਚ ਦਹੀਂ ਪਾਤੀ, ਵਿੱਚ ਥੋੜ੍ਹਾ ਜਿਹਾ ਪਾਣੀ ਪਾਤਾ। ਬੀਬੀ ਕਹਿੰਦੀ ਨਾਲੇ ਲੱਸੀ ਪੀ ਲਾਂਗੇ ਅਤੇ ਨਾਲੇ ਮੱਖਣ ਖਾ ਲਾਂਗੇ। ਫਿਰ ਬੀਬੀ ਆਲੂ ਵਾਲੇ ਪਰੌਂਠੇ ਬਣਾਉਂਗੀ, ਮਿੱਸੀ ਰੋਟੀ? ਰੋਟੀ ਅੱਛਾ ਚੱਲ, ਮੈਂ ਤਾਂ ਮਿੱਸੀ ਵੀ ਖਾ ਲੈਂਦੀ, ਆਲੂ ਦਾ ਪਰੌਂਠਾ ਵੀ, ਜਿਹੜਾ ਵੀ ਕੁਛ ਬਣੂਗਾ। ਨਾ ਚੱਲ ਮਿਸੀ ਹੋ, ਠੀਕ ਆ। ਛੋਟੀ ਹੁੰਦੀ ਹੈ ਜਿਹੜੀ ਮਾਕੜੀ ਖਾਂਦੀ ਹੁੰਦੀ ਸੀ। ਅੱਛਾ ਹਾਂ, ਮਾਂ ਹੁਣ ਵੀ ਰਿੜਕਦਾ ਤੇਰੇ ਆਈ ਕੋ ਆਈ ਨਾ ਕੋ। ਬਣਾ ਲੈਂਦੇ ਅਸੀਂ ਤਾਂ ਰੋਜ਼ ਮਾਖਣੀ। ਹਾਂ, ਹਾਂ ਇੰਨਾ ਥੋੜ੍ਹਾ, ਹੁਣ ਵੀ ਮੈਂ ਕੌਲਾ ਹੀ ਖਾਊਂਗੀ ਜਿਵੇਂ ਛੋਟੀ ਹੁੰਦੀ ਤੇ ਚੱਲ ਪਤਾ ਨਹੀਂ ਹੁੰਦਾ, ਤਾਂ ਹੀ ਮੋਟੀ ਸੀ ਮੈਂ ਹਨਾ ਛੋਟੀ ਹੁੰਦੀ। ਕਿਸੇ ਬੱਚੇ ਨੂੰ ਕੋਈ ਖਾਂਦਾ ਕੋਈ ਨਹੀਂ ਖਾਂਦਾ, ਉਂਗਲੀਆਂ ਨਾਲੇ ਖਾ ਲੈਂਦੀ ਸੀ, ਚੱਕ ਲੈਂਦੀ ਸੀ ਰੁੱਖੀ ਹੋ। ਤਾਂ ਹੀ ਮੈਨੂੰ ਹੁਣ ਵੀ ਵਧੀਆ ਲੱਗਦੀ ਹੈ ਦਾਲ ਸਬਜ਼ੀ 'ਚ ਵੀ, ਊਂ ਵੀ ਸਾਗ 'ਚ ਵੀ। ਮੈਂ ਤਾਂ ਜੇ ਅੱਧਾ 'ਚ ਅੱਧੀ ਕੌਲੀ ਸਾਗ ਦੀ, ਅੱਧੀ ਮੱਖਣੀ ਦੀ। ਹਾਂ ਰੁੱਖੀ ਹੋ ਖਾ ਲੈਂਦੀ ਸੀ ਮਾਕਣੀ। ਚਲੋ ਬਣਾ ਲਓ ਫਿਰ। ਲਓ ਜੀ, ਉੱਧਰ ਭਰਜਾਈ ਜੀ ਆਪਣਾ ਫੁੱਲ ਪੱਖਾ ਛੱਡ ਕੇ ਬੈੱਡ 'ਤੇ ਹੀ ਪ੍ਰੈੱਸ ਕਰ ਰਹੇ ਨੇ ਆਪਣਾ ਸੂਟ ਬੈਠੇ। ਇੱਧਰ ਕਿਚਨ ਦੇ ਸਾਰੇ ਕੰਮ ਨਿਬੜੇ ਪਏ ਨੇ, ਮਤਲਬ ਜਿਵੇਂ ਕਿ ਭਾਂਡੇ ਧੋ ਅਤੇ ਝਾੜੂ ਪੋਚਾ ਸਾਰਾ ਕੁਛ। ਬੀਬੀ ਕੀ ਕਰਦੇ ਬੀਬੀ? ਬੀਬੀ ਇੱਧਰ ਘਿਓ ਬਣਾ ਰਹੇ ਨੇ। ਆ ਦੇਖੋ, ਇਹ ਨਾ ਕੋਲ ਖੜ ਕੇ ਬਣਾਉਣਾ ਪੈਂਦਾ, ਵੀ ਜਦੋਂ ਇਹ ਬਬਲਸ ਆ ਜਾਂਦੇ ਨੇ ਤਾਂ ਇੱਕਦਮ ਘੀ ਬਣ ਜਾਂਦਾ, ਫਿਰ ਇਹ ਮੱਚਦਾ ਜਾਂ ਨਹੀਂ ਹੈਗਾ ਜੇ ਕੋਲ ਖੜ ਜੀ, ਥੱਲੇ ਨਹੀਂ ਲੱਗਦਾ। ਨਾਲੇ ਫਿਰ ਜੇ ਨਾਲੇ ਜੇ ਬਾਹਲਾ ਜਲ ਜੇ ਜਾਂ ਕੱਚਾ ਰਹਿ ਜੇ ਉਹ 'ਚ ਵੀ ਫਿਰ ਆਪਾਂ ਨੂੰ ਕੋਈ ਫਾਇਦਾ ਨਹੀਂ, ਕੋਲ ਖੜ ਕੇ ਹੀ ਫਾਇਦਾ। ਜਿਹੜਾ ਮੱਖਣ ਬਚਦਾ ਫਿਰ ਉਹਦਾ ਘੀ ਬਣਾ ਲੈਂਦੇ ਨੇ ਘਰ ਦਾ। ਬਾਸੀ ਉੱਤੇ ਪਾਉਣ ਨੂੰ ਜਗ੍ਹਾ ਨਹੀਂ ਸੀ, ਫਿਰ ਚਾਦਰ ਇੱਥੇ ਸੁੱਕਣੀ ਪਾਤੀ, ਉੱਧਰ ਗੁੜ
ਸੁਕਾਇਆ ਸੀ ਉਹ ਪੱਲੀ ਸੁੱਕਣੀ ਪਾਤੀ ਧੋ ਕੇ ਬੀਬੀ ਨੂੰ ਆਹ ਵੀ ਤੌਲੀਆ ਇੱਥੇ ਹੀ ਪਾ ਦਿੰਦੇ ਵੀ ਮਸ਼ੀਨ 'ਚ ਧੋ ਕੇ ਸੁਕਾਏ ਤਾਂ ਹੁੰਦੇ ਹੀ ਨੇ ਕਿ ਉਹ ਇੱਥੇ ਵੀ ਧੁੱਪ ਆ ਰਹੀ ਹੈ ਨਾ ਤਾਂ ਕਰਕੇ ਬਸ ਤੌਲੀਆ ਵੀ 2 ਦਿਨ ਬਾਅਦ ਧੋਣੇ ਹੀ ਪੈਂਦੇ ਨੇ ਵੀ ਜਿਹੜੇ ਉਹ ਹੋ ਜਾਂਦੇ ਨੇ ਮੈਣੇ ਜੇ ਜਿੰਨਾ ਛੇਤੀ ਧੋਵਾਂਗੇ ਉਨਾ ਛੇਤੀ ਨਿਖਰ ਜਾਂਦੇ ਨੇ ਫਰਸ਼ ਨੂੰ ਇੱਥੋਂ ਧੋਤਾ ਸੀਗਾ ਅਤੇ ਬਾਕੀ ਆਪਾਂ ਨੂੰ ਜਦੋਂ ਆਪਣੇ ਪੇਕਿਆਂ ਦੇ ਘਰ ਆ ਜਾਂਦੇ ਹਾਂ ਕਿੰਨਾ ਵਧੀਆ ਲੱਗਦਾ ਹੁਣ ਅਸੀਂ ਕੰਮ ਕਾਰ ਤੁਹਾਨੂੰ ਦੱਸਿਆ ਸਾਰੇ ਨਿਬੇੜ ਲਏ ਨੇ ਅਤੇ ਆਪਣੇ ਨਾਲ ਬਹਿ ਕੇ ਗੱਲਾਂ ਬਾਤਾਂ ਕਰਾਂਗੇ ਨਾਲੇ ਆਪਦੀ ਰੈਸਟ ਕਰਾਂਗੇ ਅਤੇ ਫਿਰ ਬਸ ਹੁਣ ਥੋੜ੍ਹੇ ਦਿਨੇ ਰਹਿਣਾ ਛੇਤੀ ਮੁੜ ਜਾਣਾ ਕਿਉਂਕਿ ਹੁਣ ਟਾਈਮ ਘੱਟ ਹੈ ਫਿਰ ਪਿੱਛੇ ਵੀ ਦੇਖਣਾ ਹੁੰਦਾ ਮੰਮੀ ਆਏ ਨਹੀਂ ਇਸ ਵਾਰ ਮੰਮੀ ਕਹਿੰਦੇ ਤੂੰ ਜਾ ਆ ਕੋਈ ਗੱਲ ਨਹੀਂ ਮੈਂ ਤੋਂ ਤੁਰਿਆ ਜਾ ਨਹੀਂ ਜਾਂਦਾ ਹੈਗਾ ਮੰਮੀ ਦੀ ਢੋਲੀ ਦੁੱਖਣ ਲੱਗ ਜਾਂਦੀ ਆ ਮੰਮੀ ਕਹਿੰਦੇ ਮੈਂ ਇੱਥੇ ਠੀਕ ਹਾਂ ਵੀ ਮੇਰੀ ਜਾ ਕੇ ਬੀਬੀ ਹਰ ਮਾਸੀ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੀ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਬੀਬੀ ਹਰ ਮਾਸੀ ਜੀ ਨੂੰ ਬੀਬੀ ਹਰ ਮਾਸੀ ਜੀ ਸਤਿ ਸ਼੍ਰੀ ਅਕਾਲ ਮੰਮੀ ਨੂੰ ਬੁਲਾ ਦੂੰਗੀ ਅਤੇ ਫਿਰ ਹੁਣ ਥੋੜ੍ਹਾ ਜਿਹਾ ਗਾਰਡਨ 'ਚ ਵੀ ਗੇੜਾ ਮਾਰ ਕੇ ਆਉਂਦੇ ਹਾਂ ਦੇਖੋ ਗੁਲਾਬ ਦੇ ਨਾ ਕਿੰਨੇ ਫੁੱਲ ਖਿੜੇ ਹੋਏ ਨੇ ਇੱਧਰ ਵੀ ਖਿੜੇ ਹੋਏ ਨੇ ਪਿਛਲੇ ਸਾਲ ਅਸੀਂ ਇੱਥੇ ਲੋਕ ਹੋ ਗਏ ਸੀਗੇ ਤਾਂ ਇਸ ਸਾਲ ਦੇਖੋ ਇਹ ਕਿਸਾਨਾਂ ਦਾ ਮਸਲਾ ਹੋ ਗਿਆ ਸਾਡਾ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਕਿਸੇ ਨੂੰ ਵੀ ਪਤਾ ਹੈਗਾ ਆਹ ਨਾ ਜਿਹੜੇ ਅੰਬ ਨੇ ਇੰਨਾ ਜ਼ਿਆਦਾ ਅੰਬਾਂ ਨੂੰ ਦੂਰ ਆ ਗਿਆ ਨਾ ਅਤੇ ਬੀਬੀ ਵੀ ਕਹਿੰਦੇ ਵੀ ਜਦੋਂ ਵੀ ਆਹ ਦੇਖੋ ਕਿੱਡਾ ਅੰਬ ਲੱਗ ਗਿਆ ਇਹਨੂੰ ਜਦੋਂ ਬੀਬੀ ਵੀ ਕਹਿੰਦੇ ਅੰਬੀਆਂ ਛੋਟੀਆਂ ਹੋਣਗੀਆਂ ਪਹਿਲਾਂ ਹੀ ਇਹ ਚਟਨੀ ਕੁੱਟਣੀ ਸ਼ੁਰੂ ਕਰ ਦਿੰਦੇ ਨੇ ਵੈਸੇ ਤਾਂ ਇਹ ਮਿੱਠਾ ਅੰਬ ਹੈ ਚੁੱਕਣ ਵਾਲਾ ਵੀ ਜਦੋਂ ਪੱਕ ਜਾਂਦਾ ਫਿਰ ਇਹ ਵੀ ਚਟਨੀ ਵਗੈਰਾ ਨਹੀਂ ਕੁਛ ਬਣਦੀ ਹੈਗੀ ਅਤੇ ਜਿਹੜੇ ਮੈਂ ਤੁਹਾਨੂੰ ਨਾ ਗੈਂਦੇ ਦੱਸ ਰਹੀ ਹਾਂ ਇਹਨਾਂ ਨੂੰ ਫੁੱਲ ਲੱਗੇ ਹੋਏ ਨੇ ਨਾ ਗੈਂਦਿਆਂ ਨੂੰ ਜਦੋਂ ਭਤੀਜੀ ਨੇ ਉੱਥੇ ਜਾਣਾ ਸੀਗਾ ਬਾਹਰ ਤਾਂ ਪਹਿਲਾਂ ਅਸੀਂ ਅੰਮ੍ਰਿਤਸਰ ਮੱਥਾ ਟੇਕ ਕੇ ਆਏ ਸੀ ਉੱਥੋਂ ਨਾ ਸਾਨੂੰ ਇਹ ਫੁੱਲਾਂ ਦਾ ਉਹ ਦਿੱਤਾ ਸੀਗਾ ਫੁੱਲ ਦਿੱਤੇ ਸੀਗੇ ਬੀਬੀ ਨੇ ਇੱਥੇ ਬਹੁਤ ਬੀਜ ਲਈ ਅਤੇ ਇਹਨੂੰ ਹੁਣ ਫੁੱਲ ਵੀ ਲੱਗ ਗਏ ਇੱਕ ਸਾਨੂੰ ਬੇਰ ਵੀ ਮਿਲਿਆ ਸੀਗਾ ਉਹਦਾ ਵੀ ਬੀਜ ਪਿਆ ਉਹ ਵੀ ਕਿਤੇ ਬੇਰ ਹੀ ਲਾਵਾਂਗੇ ਅਤੇ ਦੇਖੋ ਪੁਦੀਨਾ ਕਿੰਨਾ ਸੋਹਣਾ ਹੋਇਆ ਫਿਰ ਇਹ ਚਟਨੀ ਕੁੱਟਣ ਦੇ ਕੰਮ ਆਊਗਾ ਵੀ ਬਿਲਕੁਲ ਹਰਾ ਹੋ ਗਿਆ ਪੁਦੀਨਾ ਇੱਧਰ ਕੀ ਅਖਬਾਰ ਖੜ੍ਹੇ ਜਦੋਂ ਮੈਂ ਆਦਵਿੰਦਰ ਦਾ ਪੇਪਰ ਸੈਂਡ ਕਰਨ ਗਈ ਸੀ ਨਾ ਉੱਥੇ ਖੜੌਲੀ ਕੋਲ ਆਏ ਨਾ ਸਕੂਲ ਤਾਂ ਆਉਂਦੇ ਹੋਏ ਨਾ ਰਸਤੇ ਦੇ ਵਿੱਚ ਨਾ ਟ੍ਰੇਨ ਦੇ ਜਿਹੜੀ ਪਟੜੀ 'ਤੇ ਟ੍ਰੇਨ ਚੱਲਦੀ ਆ ਉੱਥੇ ਇੱਕ ਟਰੈਕਟਰ ਤਿਆਰ ਕੀਤਾ ਹੋਇਆ ਸੀ ਜਿਹਦੇ ਨਾ ਟ੍ਰੇਨ ਦੇ ਟਾਇਰਾਂ ਵਰਗੇ ਟਾਇਰ ਲਾਏ ਹੋਏ ਸੀਗੇ ਮੈਂ ਤੁਹਾਨੂੰ ਉਹ ਵੀ ਦਿਖਾਉਂਦੀ ਹਾਂ ਵੀ ਸਾਡੇ ਕਿਸਾਨ ਕੀ ਕਰ ਸਕਦੇ ਨੇ ਉਹ ਤਾਂ ਟਾਇਰਾਂ ਨੂੰ ਨਾ ਆਮ ਰਬੜ ਦੇ ਟਾਇਰ ਕੱਢ ਕੇ ਟ੍ਰੇਨ ਵਾਲੇ ਟਾਇਰ ਵੀ ਲਾ ਸਕਦੇ ਨੇ ਉਹ ਵੀ ਤੁਸੀਂ ਟਰੈਕਟਰ ਦੇਖ ਕੇ ਹੈਰਾਨ ਰਹਿ ਜਾਓਗੇ ਜੇ ਟਰੈਕਟਰ ਕਿਵੇਂ ਤਿਆਰ ਕਰਿਆ ਮਤਲਬ ਕੋਈ ਵੀ ਇਨਸਾਨ ਚਾਹੇ ਉਹ ਕਿਸਾਨ ਹੈ ਕੁਛ ਵੀ ਹੈ ਕੁਛ ਵੀ ਕਰ ਸਕਦਾ ਆਪਣੀ ਹਿੰਮਤ ਚਾਹੀਦੀ ਹੈ ਕਰਨ ਦੀ ਮੈਂ ਵੀਡੀਓ ਬਣਾ ਲੈ ਬਿਨਾਂ ਟਰੈਲਰ ਦੇ ਟਰੈਕਟਰ ਹਾਂ ਆ ਜਾ ਫੌਜੀ ਹੈ ਨਹੀਂ ਖੜੋਲੀ ਦੋ ਘੰਟੇ ਹੁਣ ਹੋਊਗਾ ਫੌਜੀ ਆ ਜਾ ਉੱਥੇ ਨੂੰ ਆ ਜਾ ਹੈਲੋ ਜੀ ਅਸੀਂ ਆਦਵਿੰਦਰ ਦਾ ਪੇਪਰ ਸੈਂਡ ਕਰਵਾ ਕੇ ਆ ਰਹੇ ਸੀਗੇ ਅਤੇ ਲਾਈਨ ਦੀ ਰੇਲ ਦੀ ਲਾਈਨ ਆ ਗਈ ਸਾਨੂੰ ਰਸਤੇ 'ਚ ਖੜੌਲੀ ਕੋਲ ਅਤੇ ਇਹ ਅਸੀਂ ਫਿਰ ਰੁੱਕ ਕੇ ਦੇਖਣ ਲੱਗ ਗਏ ਵੀ ਇਸ ਲਾਈਨ 'ਤੇ ਤਾਂ ਉਹ ਟ੍ਰੇਨ ਚੱਲਦੀ ਹੈ ਕਹਿੰਦੇ ਇਹ ਇਸ ਟ੍ਰੇਨ ਵਾਲੀ ਪਟੜੀ 'ਤੇ ਚੱਲਣ ਵਾਲਾ ਇਹ ਟਰੈਕਟਰ ਹੈ ਜਿਹੜਾ ਤਿਆਰ ਕਰਵਾਇਆ ਹੋਇਆ ਦੇਖੋ ਟਰੈਕਟਰ ਦੇ ਟਾਇਰ ਬਿਲਕੁਲ ਟ੍ਰੇਨ ਵਰਗੇ ਨੇ ਇਹ ਟਰੈਕਟਰ ਹੈ ਜਿਹੜਾ ਇਹ ਪਟੜੀ 'ਤੇ ਐਵੇਂ ਚੱਲਦਾ ਆਪਾਂ ਤੁਹਾਨੂੰ ਨੇੜੇ ਤੋਂ ਥੋੜ੍ਹਾ ਜਿਹਾ ਦਿਖਾਉਂਦੇ ਹਾਂ ਦੇਖ ਲਾ ਦਿੰਦਾ ਟਾਇਰ ਹੁੰਦੀ ਸੀਗੇ ਆਪਣੇ ਘਰ ਵਰਗੇ ਟਰੈਕਟਰ ਵਰਗੇ ਟਰੈਕਟਰ ਹੈ ਪਰ ਇਹਦੇ ਟਾਇਰ ਦੇਖ ਲਿਆ ਕਿਹੋ ਜਿਹੇ ਨੇ ਜਿਵੇਂ ਟ੍ਰੇਨ ਦੇ ਹੁੰਦੇ ਨੇ ਐਵੇਂ ਦੇ ਨੇ ਦੇਖ ਲੈ ਹੈ ਦੇਖ ਲੈ ਫਿਰ ਅਜੀਬ ਜਿਹੀ ਹੈ ਨਾ ਗੱਲ ਮੈਂ ਤਾਂ ਪਹਿਲੀ ਵਾਰ ਦੇਖੇ ਨੇ ਹਾਂ ਚਲੋ ਜੀ ਚਲੋ ਚੱਲਦੇ ਹਾਂ ਅੱਜ ਅਸੀਂ ਸ਼ੋਰਟਕੱਟ ਰਸਤੇ ਆਏ ਹਾਂ ਨਹੀਂ ਤਾਂ ਉੱਪਰ ਦੀ ਆਉਂਦੇ ਹੁੰਦੇ ਅੱਜ ਟ੍ਰੇਨ ਵਾਲੇ ਰਸਤੇ ਆਏ ਹਾਂ ਖੜੌਲੀ ਵਾਲੇ ਰਸਤੇ ਅੱਗੇ ਰਾਜਪੁਰੇ ਵੱਲ ਦੀ ਆਉਂਦੇ ਹੁੰਦੇ ਹਾਂ ਤਾਂ ਕਰਕੇ ਦੇਖ ਰਸਤੇ 'ਚ ਸਾਹਮਣੇ ਤੋਂ